20 ਅਗਸਤ ਨੂੰ ਮਨਾਈ ਜਾਣ ਵਾਲੀ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਲਈ ਅਕਾਲੀ ਦਲ ਦੇ ਵੱਲੋਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਨੇ। ਇਸੇ ਸਬੰਧ ਦੇ ਵਿਚ ਗੁਰਦੁਆਰਾ ਨਾਨਕੀਆਣਾ ਸਾਹਿਬ ਸੰਗਰੂਰ ਵਿਖੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਦੇ ਵਿਚ ਸਮੁੱਚੀ ਅਕਾਲੀ ਲੀਡਰਸ਼ਿਪ ਦੇ ਵੱਲੋਂ ਅਹਿਮ ਮੀਟਿੰਗ ਕੀਤੀ ਗਈ ਹੈ, ਜਿਸ ਦੇ ਵਿਚ ਪ੍ਰੋਗਰਾਮ ਸੰਬੰਧੀ ਰੂਪ ਰੇਖਾ ਤਿਆਰ ਕਰਕੇ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਨੇ। ਲੌਂਗੋਵਾਲ ਜੀ ਦੀ ਬਰਸੀ ਜਿਹੜੀ ਹੈ ਹਰ ਸਾਲ ਸਾਰੇ ਪੰਜਾਬੀ ਬੜੀ ਸ਼ਰਧਾ ਔਰ ਸਤਿਕਾਰ ਨਾਲ ਮਨਾਉਂਦੇ ਨੇ। ਸੋ ਜੋ ਉੱਥੋਂ ਦੇ ਪ੍ਰਬੰਧ ਨੇ, ਜਿਵੇਂ ਬਰਨਾਲ ਦਾ ਬਹੁਤ ਵੱਡਾ ਪ੍ਰਬੰਧ ਹੁੰਦਾ, 1 ਲੱਖ ਬੰਦੇ ਬੈਠਣ ਦਾ ਅਸੀਂ ਪ੍ਰਬੰਧ ਕਰਦੇ ਹਾਂ। ਇਸ ਤਰ੍ਹਾਂ ਲੰਗਰਾਂ ਦੇ ਪ੍ਰਬੰਧ 10-12 ਲੰਗਰ ਜਿਹੜੇ ਨੇ ਉਹ ਲਾਏ ਜਾਂਦੇ ਨੇ। ਵੱਖੋ ਵੱਖਰੇ ਪਿੰਡਾਂ ਦੇ ਲੋਕ ਨੇ ਜਿਹੜੇ ਉਹ ਵੀ ਲੰਗਰ ਲਾਉਂਦੇ ਨੇ। ਇਸ ਤਰ੍ਹਾਂ ਗੁਰਦੁਆਰਾ ਕੈਂਬੋਵਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਆਰੰਭ ਕਰਾਏ ਜਾਂਦੇ ਨੇ। ਵੱਖੋ ਵੱਖਰ ਸੰਤਾਂ ਦੇ ਸ਼ਰਧਾਲੂ ਨੇ ਜਿਹੜੇ ਉਹ ਉੱਥੇ ਅਖੰਡ ਪਾਠ ਕਰਾਉਂਦੇ ਨੇ। ਤਕਰੀਬਨ 15 ਅਖੰਡ ਪਾਠ ਜਿਹੜੇ ਨੇ ਉੱਥੇ ਹੋਣਗੇ। ਸੋ ਜਿਹੜੇ ਪ੍ਰਬੰਧ ਨੇ ਅਸੀਂ ਪੂਰੀ ਜ਼ੋਰ ਸ਼ੋਰ ਨਾਲ ਕਰ ਰਹੇ ਹਾਂ। ਸਾਲ ਦੀ ਮੰਗੂ ਅਸੀਂ 20 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮਹਾਨ ਸ਼ਹੀਦ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਸਾਹਿਬ, ਜਿਨ੍ਹਾਂ ਨੇ ਪੰਜਾਬ ਦੇ ਅਮਨ ਅਤੇ ਸ਼ਾਂਤੀ ਵਾਸਤੇ ਸ਼ਹਾਦਤ ਦਿੱਤੀ, ਉਹਨਾਂ ਦੀ ਅਸੀਂ ਸਾਲਾਨਾ ਬਰਸੀ ਮਨਾ ਰਹੇ ਹਾਂ ਅਤੇ ਸਮੂਹ ਪੰਜਾਬ ਦੇ ਵਿੱਚੋਂ ਸੰਗਤਾਂ ਸ਼ਰਧਾ ਨਾਲ ਇੱਥੇ ਜਿਹੜਾ ਉਹਨਾਂ ਨੂੰ ਸਤਿਕਾਰ ਭੇਟ ਕਰਨ ਲਈ ਹਰ ਸਾਲ ਦੇ ਵਾਂਗੂ ਪਹੁੰਚਣਗੀਆਂ। ਉਹਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਸਾਰੀ ਜ਼ਿਲ੍ਹੇ ਦੀ ਲੀਡਰਸ਼ਿਪ, ਸਰਦਾਰ ਬਲਦੇਵ ਸਿੰਘ ਜੀ ਮਾਨ ਸਾਹਿਬ, ਗਰਗ ਸਾਹਿਬ ਲੌਂਗੋਵਾਲ ਸਾਹਿਬ ਅਤੇ ਹੋਰ ਸਾਰੀ ਜ਼ਿਲ੍ਹੇ ਦੀ ਲੀਡਰਸ਼ਿਪ ਵੱਲੋਂ ਜਿਹੜੀ ਇਹ ਮੀਟਿੰਗ ਕੀਤੀ ਜਾ ਰਹੀ ਹੈ ਅਤੇ ਉਹਦਾ ਸਾਰਾ ਪ੍ਰਬੰਧਾਂ ਦਾ ਅਸੀਂ ਜਾਇਜ਼ਾ ਵੀ ਲਵਾਂਗੇ ਅਤੇ ਸਾਰਾ ਅੱਜ ਰੂਪ ਰੇਖਾ ਜਿਹੜੀ ਇਸ ਮੀਟਿੰਗ ਦੇ ਵਿੱਚ ਉਹਦੀ ਤਿਆਰ ਕਰੀ ਜਾਣੀ। ਸੰਗਰੂਰ ਤੋਂ ਕੈਮਰਾਮੈਨ ਗੁਲਜ਼ਾਰ ਮਲੀ ਦੇ ਨਾਲ ਜਗਤਾਰ ਬਾਬਾ ਦੀ ਰਿਪੋਰਟ, ਪਹਿਰੇਦਾਰ ਟੀਵੀ।